ਦੁਨੀਆ ਵਿੱਚ ਅੱਜ ਸ਼ਾਇਦ ਹੀ ਕੋਈ ਇਨਸਾਨ ਹੋਵੇਗਾ ਜਿਸ ਨੂੰ ਸ਼ੈਂਪੂ ਬਾਰੇ ਪਤਾ ਨਹੀਂ ਹੋਵੇਗਾ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪੱਛਮੀ ਮੁਲਕਾਂ ਵਿੱਚ ਮੱਧ ਕਾਲ ਤੱਕ ਵਾਲਾਂ ਨੂੰ ਸ਼ੈਂਪੂ ਕਰਨ ਦਾ ਕੋਈ ਕਨਸੈਪਟ ਹੀ ਨਹੀਂ ਸੀ ਕੀ ਤੁਸੀਂ ਜਾਣਦੇ ਹੋ ਕਿ ਸ਼ੈਂਪੂ ਦੀ ਖੋਜ ਕਿਸ ਨੇ ਕੀਤੀ ਸੀ ਸ਼ੈਂਪੂ ਸ਼ਬਦ ਦਰਅਸਲ ਹਿੰਦੀ ਦੇ ਸ਼ਬਦ ਚੰਪੂ ਤੋਂ ਬਣਿਆ ਹੈ ਜਿਸ ਦਾ ਅਰਥ ਹੁੰਦਾ ਹੈ ਮਾਲਿਸ਼ ਕਰਨ ਵਾਲਾ ਭਾਰਤ ਵਿੱਚ ਸ਼ੈਂਪੂ ਦੀ ਵਰਤੋਂ 1500 ਈਸਵੀ ਤੋਂ ਹੁੰਦੀ ਆ ਰਹੀ ਹੈ ਇਸ ਲਈ ਉਬਲਿਆ ਹੋਇਆ ਰੀਠਾ ਆਲਾ ਸ਼ਿਕਾਕਾਈ ਦੀਆਂ ਫੋਲੀਆਂ ਤੇ ਵਾਲਾਂ ਦੇ ਅਨੁਕੂਲ ਹੋਰ ਜੜੀ ਬੂਟੀਆਂ ਵਰਤੀਆਂ ਜਾਂਦੀਆਂ ਸਨ ਜਿਕਰ ਅੱਜ ਪੂਰੀ ਦੁਨੀਆ ਸ਼ੈਂਪੂ ਨੂੰ ਜਾਣਦੀ ਹੈ ਤਾਂ ਉਸ ਦਾ ਸਹਿਰਾ ਪਟਨਾ ਦੇ ਸ਼ੇਖਦੀਨ ਮੁਹੰਮਦ ਨੂੰ ਜਾਂਦਾ ਹੈ ਸ਼ੇਖਦੀਨ ਮੁਹੰਮਦ ਦਾ ਜਨਮ ਸਾਲ 1859 ਵਿੱਚ ਪਟਨਾ ਵਿੱਚ ਹੋਇਆ ਸੀ ਉਹ ਨਾਈ ਭਾਈਚਾਰੇ ਨਾਲ ਸੰਬੰਧ ਰੱਖਦੇ ਸਨ ਉਹ ਹਰਬਲ ਜੜੀ ਬੂਟੀਆਂ ਨਾਲ ਸਾਬਣ ਬਣਾਉਣ ਦੀ ਕਲਾ ਜਾਣਦੇ ਸਨ ਅਦੇ ਚੰਪੀ ਦੇਣ ਦੀ ਕਲਾ ਵਿੱਚ ਵੀ ਮਾਹਿਰ ਸਨ ਸਨ 1800 ਦੀ ਸ਼ੁਰੂਆਤ ਵਿੱਚ ਉਹ ਆਪਣੀ ਪਤਨੀ ਤੇ ਬੱਚਾ ਨਾਲ ਇੰਗਲੈਂਡ ਚਲੇ ਗਏ ਸਨ ਇੰਗਲੈਂਡ ਦੇ ਬ੍ਰਾਈਟਨ ਵਿੱਚ ਉਹਨਾਂ ਨੇ ਇੱਕ ਸਪਾਹ ਖੋਲ੍ਹਿਆ ਜਿਸ ਨੂੰ ਉਹਨਾਂ ਨੇ ਨਾਂ ਦਿੱਤਾ ਮੁਹੰਮਦ ਬਾਥ ਇਥੇ ਉਹ ਲੋਕਾਂ ਦੇ ਵਾਲ ਧੋਂਦੇ ਸਨ ਤੇ ਉਹਨਾਂ ਨੂੰ ਚੰਪੀ ਦਿੰਦੇ ਸਨ। ਉਹਨਾਂ ਦੀ ਚੰਪੀ ਬਹੁਤ ਛੇਤੀ ਮਸ਼ਹੂਰ ਹੋ ਗਈ ਤੇ ਉਹਨਾਂ ਨੂੰ ਕਿੰਗ ਜਾਰਜ 4 ਅਤੇ ਕਿੰਗ ਵਿਲੀਅਮ 4 ਦਾ ਨਿੱਜੀ ਸ਼ੈਂਪੂ ਸਰਜੈਂਟ ਬਣਾ ਦਿੱਤਾ ਗਿਆ। ਸ਼ੇਖਦੀਨ ਮੁਹੰਮਦ ਦੀ ਮਸ਼ਹੂਰੀ ਇੰਨੀ ਹੋ ਗਈ ਕਿ ਹਸਪਤਾਲਾਂ ਦੇ ਡਾਕਟਰ ਉਹਨਾਂ ਕੋਲ ਮਰੀਜ਼ ਭੇਜਣ ਲੱਗੇ ਤਾਂ ਜੋ ਉਹਨਾਂ ਦਾ ਸ਼ੈਂਪੂ ਕੀਤਾ ਜਾ ਸਕੇ। ਛੇਤੀ ਹੀ ਸ਼ੇਖਦੀਨ ਮੁਹੰਮਦ ਨੂੰ ਡਾਕਟਰ ਬ੍ਰਾਈਟਨ ਵੀ ਕਿਹਾ ਜਾਣ ਲੱਗਿਆ। ਉਨ੍ਹਾਂ ਦੀ ਸ਼ੈਂਪੂ ਇਨ ਨਾਦੀ ਇੱਕ ਇਕਾ ਕਿਤਾਬ ਵੀ ਪ੍ਰਕਾਸ਼ਿਤ ਕੀਤੀ ਗਈ 19ਵੀਂ ਸਦੀ ਵਿੱਚ ਸ਼ੈਂਪੂ ਦਾ ਅਰਥ ਵਾਲਾਂ ਦੀ ਮਾਲਿਸ਼ ਦੀ ਥਾਂ ਤੇ ਵਾਲਾਂ ਨੂੰ ਸਾਫ਼ ਕਰਨ ਵਾਲਾ ਪਦਾਰਥ ਬਣ ਗਿਆ ਬਿਊਰੋ ਰਿਪੋਰਟ ਪੰਜਾਬ ਨਾਈ